ਜੀ ਸਤਿ ਸ੍ਰੀ ਅਕਾਲ ਮਿੱਤਰੋ, ਤੁਹਾਡੇ ਲਈ ਬਹੁਤ ਹੀ ਪਿਆਰੀ ਨਾਤ ਲੈ ਕੇ ਆਏ ਤੇ ਆਪਾਂ ਇਸ ਨਾਤ ਦੇ ਉੱਤੇ ਕਰਾਂਗੇ ਕਿਸਾਨ ਵਿਚਾਰ। ਤੇ ਮਿੱਤਰੋ ਆਪਾਂ ਜਲਦੀ ਨਾ ਇਸ ਦੇਖਦੇ ਹਾਂ ਇਸ ਨਾਤ ਨੂੰ। ਤੇ ਮੇਰੇ ਨਾਲ ਹੈ ਗੀਤ ਦਾ। ਵੀਡੀਓ ਦੇਖਣ ਤੋਂ ਪਹਿਲੇ ਸਾਡੇ ਸਰਦਾਰ ਹੈ ਅਕਸ਼ਿਨ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ। ਹਾਂਜੀ ਮਿੱਤਰੋ, ਤੇ ਆਓ ਮਿੱਤਰੋ ਆਪਾਂ ਦੇਖਦੇ ਹਾਂ ਇਸ ਨਾਤ ਨੂੰ। ਅਵਲ ਹਮਦ ਸਨਾ ਇਲਾਹੀ ਤੇ ਜੋ ਮਾਲਿਕ ਹਰ ਹਰ ਦਾ ਉਸ ਦਾ ਨਾਮ ਚਤਾਰਣ ਵਾਲਾ ਤੇ ਕਿਸੇ ਮੈਦਾਨ ਨਾ ਹਰਦਾ ਜੇ ਵਿਖਾਵੇ ਉਹ ਅਮਲਾ ਬੱਲੇ ਤੇ ਕੁਝ ਨਹੀਂ ਮੇਰੇ ਪੱਲੇ ਜੇ ਵਿਖਾ ਤੇਰੀ ਰਹਿਮਤ ਬੱਲੇ ਤੇ ਬੱਲੇ 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 ਇੱਕ ਗੁਨਾਹ ਇੱਕ ਗੁਨਾਹ ਮੇਰਾ ਮਾਂ ਪਿਓ ਵੇਖੇ ਤੇ ਦੇਵੇ ਦੇਸ ਨਿਕਾਲਾ ਉਹ ਲੱਖ ਗੁਨਾਹ ਮੇਰਾ ਅੱਲਾ ਵੇਖੇ ਤੇ ਉਹ ਪਰਦੇ ਪਾਵਣ ਵਾਲਾ ਮਾਲਿਦਾ ਕਵੇ ਰਾਖੀ ਕਰਨਾ ਤੇ ਜਾਗਦੇ ਹੋਣੀਆਂ ਸੋਤੇ ਹਿਜਰ ਤੇਰਾ ਜੇ ਪਾਣੀ ਮੰਗੇ ਹਿਜਰ ਤੇਰਾ ਜੇ ਪਾਣੀ ਮੰਗੇ ਤੇ ਮੈਂ ਖੂਨ ਨਾ ਦੇ ਗਿਣਾ ਅੱਜ ਕੋਲ ਬਿਠਾ ਕੇ ਤੇ ਮੈਂ ਦਰਦ ਪੁਰਾਣੇ ਛੇੜਾਂ ਜੀ ਕਰਦਾ ਅੱਜ ਕੋਲ ਬਿਠਾ ਕੇ ਤੇ ਮੈਂ ਦਰਦ ਪੁਰਾਣੇ ਛੇੜਾਂ ਹਾਂਜੀ ਭਾਅ ਜੀ, ਕੈਸੀ ਪਿਆਰੀ, ਕਿੰਨੀ ਪਿਆਰੀ ਨਾਤ ਸੀਗੀ। ਬਹੁਤ ਹੀ ਜ਼ਿਆਦਾ ਉਹਨੇ ਮਿੱਠੇ ਅੰਦਾਜ਼ ਦੇ ਨਾਲ, ਮਿੱਠੇ ਮਿੱਠੇ ਹੋਂਟਾਂ ਦੇ ਨਾਲ ਅਤੇ ਬਹੁਤ ਹੀ ਪਿਆਰੀ ਉਹਨੇ
ਨਾਤ ਪੜ੍ਹੀਏ। ਦੇਖੋ ਕਿੰਨੀ ਛੋਟੀ ਉਮਰ ਦਾ ਬੱਚਾ ਅਤੇ ਕਿੱਡੇ ਸੁਰਾਂ ਦੇ ਨਾਲ ਉਹਨੇ ਸੁਰਾਂ ਦੇ ਨਾਲ ਪ੍ਰੋ ਪ੍ਰੋ ਕੇ ਉਹਨੇ ਲਫ਼ਜ਼ ਰਮਜ਼ਾਨ ਦੇ ਆਖੇ ਨੇ। ਮਿੱਤਰੋ ਰਮਜ਼ਾਨ ਮਹੀਨਾ ਜਾ ਰਿਹਾ ਅਤੇ ਮਿੱਤਰੋ ਇਸ ਰਮਜ਼ਾਨ ਮਹੀਨੇ ਦੇ ਵਿੱਚ ਬਹੁਤ ਹੀ ਜ਼ਿਆਦਾ ਬਰਕਤਾਂ ਵਾਲਾ ਮਹੀਨਾ ਹੁੰਦਾ ਅਤੇ ਬਹੁਤ ਹੀ ਜ਼ਿਆਦਾ ਸਾਨੂੰ ਇਹਦੇ ਵਿੱਚ ਬਰਕਤਾਂ ਮਿਲਦੀਆਂ ਨੇ। ਬਰਕਤਾਂ ਨਾਲ ਰਹਿਮਤਾਂ ਉਹਦਾ ਕਰਮ ਸਾਡੇ 'ਤੇ ਹੋ ਜਾਂਦਾ ਜਦੋਂ ਅਸੀਂ ਰਮਜ਼ਾਨ ਮਹੀਨੇ 'ਚ ਰੋਜ਼ੇ ਰੱਖਦੇ ਹਾਂ ਅਤੇ ਆਪਣੇ ਜਿਸਮ ਨੂੰ ਅਸੀਂ ਇੱਕ ਰੋਜ਼ਾ ਰੱਖ ਕੇ ਅਸੀਂ ਉਹਨੂੰ ਉਹਦੇ ਵਿੱਚ ਥਕਾਵਟ ਵਗੈਰਾ ਅਤੇ ਰੋਜ਼ਾ ਰੱਖ ਕੇ ਅਸੀਂ ਉਹਤੇ ਰੋਜ਼ਾ ਰੱਖ ਕੇ ਅਤੇ ਦੁਆ ਮੰਗਦੇ ਹਾਂ ਅਤੇ ਜਦੋਂ ਅਸੀਂ ਉਹਦੇ ਵਿੱਚ ਰੋਜ਼ਾ ਰੱਖ ਕੇ ਦੁਆ ਕਰਦੇ ਹਾਂ ਨਮਾਜ਼ ਪੜ੍ਹਦੇ ਹਾਂ ਅਤੇ ਬਹੁਤ ਹੀ ਜ਼ਿਆਦਾ ਬਰਕਤਾਂ ਮਿਲਦੀਆਂ ਅਤੇ ਸਵਾਬ ਵੀ ਬਹੁਤ ਜ਼ਿਆਦਾ ਮਿਲਦਾ। ਹਾਂਜੀ, ਅਤੇ ਦੇਖੋ ਉਸ ਬੱਚੇ ਨੇ ਕਿੰਨੇ ਅੰਦਾਜ਼ ਪਿਆਰੇ ਦੇ ਨਾਲ ਉਹਨੇ ਨਾਤ ਨੂੰ ਪੜ੍ਹਿਆ। ਇੱਕ ਛੋਟੀ ਜਿਹੀ ਉਮਰ ਦਾ ਬੱਚਾ ਏਡੇ ਪਿਆਰੇ ਅੰਦਾਜ਼ ਦੇ ਵਿੱਚ ਨਾਤ ਪੜ੍ਹ ਰਿਹਾ, ਕਿਆ ਬਾਤ ਹੈ! ਇਹ ਮਿਹਨਤ ਲੱਗਦਾ ਕਿ ਜਾਂ ਉਹਨੂੰ ਮਾਲਕ ਸੋਹਣੇ ਰੱਬ ਨੇ ਉਹਨੂੰ ਗੋਡ ਗਿਫਟ ਸਭ ਕੁਛ ਦਿੱਤਾ ਹੋਇਆ ਕਿ ਮਾਲਕ ਨੇ ਉਹਦੇ 'ਚ ਪਹਿਲੇ ਹੀ ਸਾਰੀਆਂ ਕਲਾ ਭਰ ਕੇ ਭੇਜੀਆਂ ਨੇ ਅਤੇ ਉਹ ਏਡੇ ਪਿਆਰੇ ਉਹਨੇ ਲਫ਼ਜ਼ਾਂ ਦੇ ਨਾਲ ਏਡੇ ਅੱਛੇ ਅੰਦਾਜ਼ ਦੇ ਨਾਲ ਮੈਂ ਕਹਿੰਦਾ ਕਿਆ ਬਾਤ ਹੈ! ਇੱਦਾਂ ਤਾਂ ਵੱਡੇ ਵੀ ਮੈਂ ਦੇਖਿਆ ਕਿ ਉਹ ਵੀ ਨਹੀਂ ਨਾਤ ਸਹੀ, ਉਹਨਾਂ ਨੂੰ ਨਹੀਂ ਇੱਦਾਂ ਨਾਤ ਦੇ ਬਾਰੇ ਪੜ੍ਹਨਾ ਦਾ ਪਤਾ ਚੱਲਦਾ। ਕੋਈ ਹੈ ਜਿਹੜੇ ਸੀਨੀਅਰ ਨੇ, ਜਿਹੜੇ ਨਹੀਂ ਸੀਨੀਅਰ ਉਹਨਾਂ 'ਤੇ ਉਹ ਕੀ ਕਹਿੰਦੇ ਆਪਣਾ ਉਹਨਾਂ ਤੋਂ ਹੋ ਜਾਂਦੀ ਉਹ, ਅਤੇ ਬਹੁਤ ਹੀ ਪਿਆਰੀ ਨਾਤ ਸੀ ਅੱਜ ਦੀ। ਅਤੇ ਵੀਰ ਜੀ ਤੁਹਾਨੂੰ ਕਿੱਦਾਂ ਲੱਗੀ ਹੈ ਜ਼ਰੂਰ ਕਮੈਂਟ ਦੇ ਵਿੱਚ ਜ਼ਰੂਰ ਦੱਸਣਾ ਅਤੇ ਫਿਰ ਮਿਲਾਂਗੇ। ਲਾਈਕ ਸ਼ੇਅਰ ਕਮੈਂਟ ਕਰਨਾ ਨਹੀਂ ਭੁੱਲਣਾ। ਹਾਂਜੀ, ਅਤੇ ਫਿਰ ਮਿਲਾਂਗੇ ਤੁਹਾਨੂੰ ਨਵੀਂ ਨਾਤ ਦੇ ਨਾਲ। ਮਿੱਤਰੋ ਜਿਹੜੇ ਦਿਨ ਥੋੜ੍ਹੇ ਜਿਹੇ ਦਿਨ ਰਮਜ਼ਾਨ ਦੇ ਰਹਿ ਗਏ ਅਤੇ ਮਿੱਤਰੋ ਈਦ ਜਲਦ ਆਉਣ ਵਾਲੀ ਹੈ, ਇੱਕ ਦਿਨ ਰਹਿ ਗਿਆ ਅਤੇ ਈਦ ਆਉਣ ਵਾਲੀ ਹੈ ਅਤੇ ਮਿੱਤਰੋ ਈਦ ਦੇ ਵਿੱਚ ਅਸੀਂ ਤੁਹਾਡੇ ਨਾਲ ਜੁੜੇ ਰਹਾਂਗੇ, ਤੁਹਾਨੂੰ ਅਸੀਂ ਵੀਡੀਓ ਭੇਜਦੇ ਰਹਾਂਗੇ ਅਤੇ ਤੁਸੀਂ ਸਾਡੇ ਨਾਲ ਵੀ ਰਹਿਣਾ ਜੁੜੇ, ਤੁਸੀਂ ਵੀ ਜ਼ਰੂਰ ਸਾਡੇ ਨਾਲ ਵੀਡੀਓ ਦੇਖਣੀ ਹੈ ਅਤੇ ਸੋਹਣਾ ਰੱਬ ਤੁਹਾਨੂੰ ਚੜ੍ਹਦੀ ਕਲਿਆ ਦੇ ਵਿੱਚ ਰੱਖੇ ਅਤੇ ਤੁਹਾਡੇ ਨਾਲ ਸਾਡੀਆਂ ਸਾਂਝਾਂ ਨੇ। ਅਤੇ ਮਿੱਤਰੋ ਆਪਾਂ ਫਿਰ ਮਿਲਾਂਗੇ ਨੈਕਸਟ ਨਵੀਂ ਵੀਡੀਓ ਦੇ ਨਾਲ ਅਤੇ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਅਸਲਾਮ ਅਲੈਕਮ ਅਤੇ ਮਿੱਤਰੋ